ਤੇ ਹੈਲੋ ਜੀ, ਸਤਿ ਸ਼੍ਰੀ ਅਕਾਲ ਤੁਹਾਡੇ ਸਾਰਿਆਂ ਦਾ। ਮੈਂ ਕੱਲ੍ਹ ਦੁਸ਼ਹਿਰਾ ਵੇਖਣ ਗਿਆ ਸੀ, ਮੈਂ ਦੁਸ਼ਹਿਰਾ ਦਾ ਵਲੋਗ ਤਾਂ ਬਣਾ ਲਿਆ ਸੀ ਪਰ ਮੈਂ ਘਰ ਤੋਂ ਲੱਗੇ ਸਟਾਰਟ ਹੀ ਨਹੀਂ ਕਰਕੇ ਗਿਆ ਸੀ, ਇਸ ਲਈ ਸੋਰੀ। ਅਤੇ ਮੈਂ ਹੁਣ ਤੁਹਾਨੂੰ ਦੁਸ਼ਹਿਰ ਦੀ ਵੀਡੀਓ ਜੀ ਪੂਰੀ ਜ਼ਰੂਰ ਵੇਖਿਓ। ਅਤੇ ਚਲੋ ਚੱਲਦੇ ਆਪਾਂ ਵੀਡੀਓ 'ਚ। ਅਤੇ ਲਓ ਜੀ, ਹੁਣ ਅਸੀਂ ਜਾਈ ਜਾਂਦੇ ਰਸਤੇ 'ਚ ਹੈਗੇ ਹਾਂ, ਨਾਲ ਆਪਣਾ ਤਿੱਲਾ ਬੇਲੀ ਇੱਕ ਆ ਲਾ ਤੰਨੀ ਅਤੇ ਆਇਓ। ਅਤੇ ਲਓ ਜੀ, ਆਹ ਕਹਿੰਦਾ ਆਪਣਾ ਆਹ ਬੇਲੀ ਕਹਿੰਦਾ ਕਹਿੰਦਾ ਕਿ 6:30 ਵਜੇ ਦੁਸ਼ਹਿਰਾ ਮੰਨਿਆ ਜਾਂਦਾ। ਮੈਂ ਕਹਿੰਦਾ ਵੀ 7 ਵਜੇ ਮਨੀਸ਼ ਦਾ, ਇਹ ਵੀ ਕਹਿੰਦੀ ਸਪੋਰਟ 'ਚ ਆ। ਦਿਨੇ ਸਪੋਰਟ 'ਚ ਆ, ਤੂੰ ਸਪੋਰਟ 'ਚ ਆ 6:30 ਚੱਲ ਹੈ। ਅਤੇ ਮੈਂ ਕਹਿੰਦਾ 7 ਵਜੇ ਚੱਲ, ਚੱਲ ਆਪਾਂ ਜਾਂਦੇ ਹਾਂ ਤਾਂ ਹੁਣ ਦੇਖਦੇ ਫਿਰ। 7 ਵਜੇ ਮੰਨਦਾ 6:30, ਹੁਣ 6:20 ਹੋਏ ਦੁਸ਼ਹਿਰਾ ਮੰਨਣਾ ਗਿਆ। ਮੈਂ ਚਲੋ ਵੀ ਆਪਾਂ ਰਿਕਸ਼ੇ ਤੇ ਚੱਲ ਪਾਂਗੇ। ਚਲੋ ਆਪਾਂ ਚੱਲਦੇ ਹਾਂ ਫਿਰ, ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ, ਹੁਣ ਅਸੀਂ ਆ ਗਏ ਸੀਗੇ ਬਾਈਪਾਸ ਦੇ ਨੇੜੇ, ਅਤੇ ਆਪਾਂ ਬਾਈਪਾਸ ਤੱਕ ਰਿਕਸ਼ਾ ਲਿਆ ਸੀ। ਅੱਗੋਂ ਪਿਆ ਸੀ ਚੱਲ ਤੁਰ ਕੇ ਜਾ ਵੜਾਂਗੇ, ਥੋੜ੍ਹਾ ਜਿਹਾ ਦੂਰ ਰਹਿ ਗਿਆ ਅੱਗੋਂ। ਅਤੇ ਹੁਣ ਕਹਿੰਦੇ ਮੈਂ ਤਾਂ ਜਾਣਾ ਚੜੇ ਵਜੇ ਤੱਕ, ਆਪਾਂ ਅਸੀਂ ਬਾਈਪਾਸ ਤੱਕ ਕਿਹਾ ਸੀਗਾ ਅਤੇ ਹੁਣ ਬਾਈਪਾਸ ਅਸੀਂ ਉੱਤਰ ਜਾਵਾਂਗੇ ਅੰਕਲ ਜਾ ਵੜਾਂਗੇ। ਉੱਥੇ ਹੀ ਜੀਪ ਦੇਖੋ ਕਿੰਨੀ ਸੋਹਣੀ ਹੈ, ਜੀਪ ਵੇਖੋ ਕਿੰਨੀ ਸੋਹਣੀ ਬਣਾਈ ਹੈ ਵੀਰਾਂ ਨੇ। ਅਤੇ ਆਪਾਂ ਬਾਈਪਾਸ 'ਤੇ ਹੁਣ ਆ ਗਏ ਹਾਂ। ਥੈਂਕ ਯੂ ਅੰਕਲ ਜੀ। ਲਓ ਜੀ, ਅਸੀਂ ਪਹੁੰਚ ਗਏ ਹਾਂ ਦੁਸ਼ਹਿਰੇ ਤੇ। ਅਸੀਂ ਦੁਸ਼ਹਿਰੇ ਦੇਖਦੇ ਹਾਂ ਅੱਗੇ ਜਾ ਕੇ ਕੀ ਹੁੰਦਾ। ਲਓ ਜੀ, ਆਹ ਮੇਰਾ ਦੋਸਤ ਰਹਿੰਦਾ ਕਿ ਦੁਸ਼ਹਿਰਾ ਮੰਨ ਗਿਆ, ਮਤਲਬ ਵੀ ਸਾੜਤਾ ਉਹਨੂੰ ਰਾਵਣ ਨੂੰ। ਮੈਨੂੰ ਲੱਗਦਾ ਕਹਿ ਦਿਓ ਸਾੜਤਾ, ਮੈਨੂੰ ਲੱਗਦਾ ਸਾੜਤਾ, ਕਿਉਂਕਿ ਦੇਖੋ ਕਿੰਨੇ ਜਾਣੇ ਆਈ ਜਾਂਦੇ ਆ ਵਾਪਸੀ। ਸ਼ਹਿਰਾਂ ਦਾ ਸਾੜਦਾ ਬਾਪੂ ਵੱਧ ਜਾਣੇ ਵਾਪਸ ਆ ਜਾਂਦੇ ਆ, ਬਾਕੀ ਜਾਨਵਰ ਇੱਧਰ ਫਿਰਦੇ ਆ। ਦੇਖਦੇ ਹਾਂ ਕਿ ਜਾ ਕੇ ਅਸੀਂ ਹੋ ਗਏ ਲੇਟ ਦੁਸ਼ਹਿਰਾ ਦਾ ਗਿਆ ਮੰਨ। ਬਾਕੀ ਅੱਗੇ ਜਾ ਕੇ ਵੇਖਦੇ ਹਾਂ ਵੀ ਕੁਛ ਵੇਖਣ ਨੂੰ ਹੈਗਾ ਜਾਂ ਹੋਇਆ ਨਹੀਂ। ਅਸੀਂ ਲੇਟ ਹੋ ਗਏ ਥੋੜ੍ਹਾ ਜਿਹਾ, ਹੁਣ ਹੀ ਮਜ਼ਾ ਆਇਆ ਕਹਿੰਦੇ। ਲਓ ਜੀ, ਦੁਸ਼ਹਿਰਾ ਕੀਤਾ ਆਪਣਾ ਸਾੜ, ਅਸੀਂ ਥੋੜ੍ਹਾ ਜ਼ਿਆਦਾ ਲੇਟ ਹੋ ਗਏ ਇਸ ਕਰਕੇ ਗਲਤ ਹੋ ਗਿਆ ਵੈਸੇ ਸੀਨ ਤਾਂ, ਬਾਕੀ ਕੋਈ ਗੱਲ ਨਹੀਂ ਫਿਰ ਹੁੰਦਾ ਜੋ ਹੁਣ ਅਸੀਂ ਹੋ ਗਿਆ। ਬਾਕੀ ਸੋਰੀ ਜੇ ਤੁਹਾਨੂੰ ਨਹੀਂ ਦਿਖਾ ਸਕੇ, ਸ਼ਾਇਦ ਨੀਚਾ ਹੋਇਆ। ਲਓ ਜੀ, ਆਪਾਂ ਨੇੜੇ ਆ ਗਏ, ਫਿਰ ਤਿੰਨੇ ਹੀ ਸੜ ਗਏ, ਰਾਵਣ ਵੀ ਸੜ ਗਿਆ, ਅਸੀਂ ਲੇਟ ਹੋ ਗਏ, ਹੁਣ ਸਾਨੂੰ ਦੁੱਖ ਹੁੰਦਾ ਪਿਆ ਬਹੁਤ ਜ਼ਿਆਦਾ। ਚਲੋ ਕੋਈ ਨਹੀਂ, ਹੁਣ ਅਸੀਂ ਚੱਲਦੇ ਹਾਂ ਵਾਪਸ ਘਰੇ, ਅਤੇ ਸੋਰੀ ਜਿਨ੍ਹਾਂ ਨੂੰ ਅਸੀਂ ਸ਼ਾਇਦ ਨਹੀਂ ਵਿਖਾ ਪਾਏ, ਵੈਰੀ ਵੈਰੀ ਸੋਰੀ। ਚਲੋ ਅਸੀਂ ਜਾਂਦੇ ਹਾਂ ਵਾਪਸ। ਆਇਆ ਤਾਂ ਨਹੀਂ, ਹੋਇਆ ਤਾਂ ਨਹੀਂ, ਅੱਗੇ ਜਾ ਕੇ ਵੇਖ ਕੇ ਨਹੀਂ ਯਾਰ ਮੇਰੀ ਕਿਹਾ। ਲੋ ਜੀ, ਅਸੀਂ ਆ ਗਏ ਹਾਂ ਵੀ ਇੱਥੋਂ, ਅਸੀਂ ਲੱਕੜ ਲੈ ਕੇ ਜਾਣੀ ਵੀ ਲੱਕੜ ਵਧੀਆ ਹੁੰਦੀ ਆ, ਅਸੀਂ ਲੈ ਕੇ ਚੱਲਾਂਗੇ। ਲੋ ਜੀ, ਆਪਣਾ ਦੁਸ਼ਹਿਰਾ ਤਾਂ ਹੋ ਗਿਆ ਵਲੋਗ, ਕੋਈ ਵੀ ਨਹੀਂ ਦੁਸ਼ਹਿਰ ਤੋਂ ਵੀ ਸਾਰੇ ਜਾਣੇ ਚਲੇ ਗਏ ਜੀ, ਆਪਣੇ ਦੋਸਤ ਹੋ ਗਏ ਸਾਈਡ ਅਤੇ ਜਾ ਕੇ ਸਾਈਡ ਤੱਕ ਤੁਰ ਕੇ ਕਹਿੰਦਾ ਵੀ ਤੈਨੂੰ ਜਲਦੀ ਲੈ ਆਇਆ। ਇਹਨਾਂ ਨੇ ਮੈਨੂੰ ਟਾਈਮ ਹੀ ਵੀ 6:15 ਵਜੇ ਦਿੱਤਾ, ਮੈਂ 6:30 ਹੀ ਤਿਆਰ ਹੋਣਾ ਸੀਗਾ। ਇਹ ਸਾਡੇ ਪਹਿਲਾਂ ਹੀ ਕਹਿੰਦੇ ਵੀ ਇਹ ਕਹਿੰਦੇ ਵਿੱਚ ਜਾਣਾ, ਇਹ ਕਹਿੰਦੇ ਵੀ ਕਿ 6 ਵਜੇ ਉਹ ਹੋਏ ਨਾ ਸਾਡੇ ਜਿਹਨਾਂ ਦੇ ਰਾਵਣ ਤੋਂ। ਚਲੋ ਕੋਈ ਨਹੀਂ, ਅਗਲੀ ਵਾਰ ਬਣਾਵਾਂਗਾ ਦੀਵਾਲੀ ਦਾ ਵਲੋਗ, ਤਾਂ ਨਹੀਂ ਪੂਰਾ ਤਕੜਾ। ਬਸ ਠੀਕ ਹੈ, ਤੰਨੀ ਨੇ ਸਿਰ ਲਾਤਨਾ ਫਿਰ ਬਣ ਜੂਗਾ ਕੁਛ। ਆਪਾਂ ਅੰਕਲ ਖੜੇ ਸੀਗੇ ਅਤੇ ਆਪਾਂ ਲਿੱਤੀ ਤਲਵਾਰ ਜੋਤੂ ਵਾਸਤੇ, ਅਤੇ ਅੰਕਲ ਕਹਿੰਦਾ ਵੀ ਇਹਨੂੰ ਪੈਸੇ ਕਰਾ ਦੀਏ, ਘੁੰਮਾਉਣ ਲੈ ਲਿਆ ਖਾਣ 'ਚ। ਅਗਲੀ ਵਾਰ ਇਹਦਾ ਨਾ ਕ੍ਰਿਸ਼ਨ ਆਇਆ, ਲੱਖਣ ਨੂੰ ਨਹਾਉਣਾ ਅਗਲੀ ਵਾਰ। ਠੀਕ ਹਾਂ ਜੋ, ਬਸ ਠੀਕ ਹੈ, ਲੜੀਆਂ ਲੜੀਆਂ ਲਾਈਆਂ ਗਈਆਂ। ਅਤੇ ਸਾਡਾ ਪਾਰਕਿੰਗ ਵਾਲਾ ਵੀ ਸਾਈਕਲ 10 ਰੁਪਏ, ਮੋਟਰਸਾਈਕਲ 10 ਰੁਪਏ, ਆਪਣੇ 20 ਰੁਪਏ ਕਾਰ ਦੇ 30 ਰੁਪਏ ਮੰਦਰ ਹੈ।
चलो माड़ा अगे जाकर थोड़ा दिखाने चुंगी को जाके शाइना कैफे के कोल आ गए हैं। हौली 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 पहुँचते आदत च आ गए हैं। कृष्ण आदत आ जाना ना इतने इंग्लिश तक अपना घर अद्धा होगा घट लो जिद अपना मदान होटल आ गया इधर मदान होटल आते इधर अपना किंगक्लिफ होटल होटल मैंने बहुत ही लगता मैं अगो बखाना फ्रंट तो दिखा मैं भाई कहो जहा मैं मैंने तो बहुत सोहना लगता है क्या सोहन लगेगा है सोहना ही है हाँ देखा चार पांच गेट हैं इन भाई कैफे रूमा वगैरह तो इन मेन गेट उपर स्विमिंग पूल बनाया होटल के बाकी पूरा वधिया हाँ जलेबिया की दुकान आ गई आप इतों ही लें जलेबिया आप लवेंगे खराती तो अगो चुंगी तो लवेंगे आप मम्मी ने कहे भी खराती तो ही लैके आनी है इधर एप्पल स्टोर आ गया हूँ ही बनया महीना पंद्रह भी दिन ही हो एप्पल स्टोर भी आ गया इधर स्टोर आ गया भी छे महीने खुले आह तो होटल आ गया लो जी आप घर की अद्ध च आ गए हैं हम हौली हौली चलने घरें ऐसे गए थक आप पूछे अपना तन्नी की आगे तन्नी ने मैं बाद में आका तो मैं इतों एक तीर घुमा ले लिया मैं जो तो ले लेंगे अज आई थी मैं बीमार सीगा तो चीजी चीजी करके जा उठी चाची चीजी दवा दी चीजी दवा दी मैं बीमार सीगा फिर हम इस तरह तक कि भी तीर घुमा ले लिया फिर मैं करी जाना मम्मी मम्मी ने मैं दसूँगा तो मम्मी ने बहुत गुस्से होना मम्मी ने कहना मैं तुम्हें पहले कि भी ना आ जाओ आप आ गए चलो कोई नहीं मैंने आज मम्मी का फोन मम्मी कहें भी कितने कर जल्दी आ जाओ खड़े तो मैं आ गया बस तुम्हें दो मिनट जल्दी से आ गया कहना पैसा जलेबियाँ लैके दिता जाना घर तो मैं दसदा मम्मी ने मम्मी दुशा वेख नहीं पाती पहले बने मैं जाके तुम घर मम्मी ने रिएक्शन दिखाता तो मम्मी गुस्सा करती है कि कोई नहीं कह दी अगली बार जा उड़ो अभी चुंगी तो आ गया उन्हें पास रहनी इतने जलेबियाँ तो चलो पास तक पार कर दिए जलेबियाँ लाने तो रुक जा जलेबियाँ ले लिया इतों रेट पूछते की कहते लै के जलेबियाँ फिर तुम दिखाना मैं फिर घर चल दिया मैं की रेट दी है अपनी बारी अगली आऊगी हाँ जी कर अंकल कहता पैसे स्कैनर कर मैं चल मैं स्कैन कृष्णा मेरा भी हो गया मैं पहली बार देखने गया है जिंदगी सारा मैं कभी नहीं देखा अज ही गया तो अज उन्हें पहले ही छाड़ता रावण चलो कोई नहीं हम वैसे देखा अगली बार फिर जावे अगले पांच बजे लो जी अपना इधर भी सारा मनीची ने इधर रावण छाड़ता हम दिखाने मैं साड़ी गली जी रावण मैं इतने भी सारा मनाई जाते गली च अपनी असि एक माड़ा पिछे दूजी गली बाल करते वो भी पहले ने बालता असि खरे दिशा देख सके साड़ी किस्मत ही एक दिशा देखना एक का साड़ा पैदा बन साड़ी जी लो जी ने असि घर आ गए हैं तो मम्मी घर कली सी मम्मी असि आ गए मैं घर आ गया मम्मी आपकी सहेली खड़ी गल्ला करी दी सी मैं आपकी जोतू हस्ते आखो कि लिया तीर कमान वो मैं ना मैं सवेरे बीमार सेगा ना तो मैंने कही जी वो कहती चाचू तीर कमान चाची चीज दवा दे मैं क्या चीज़ फिर मैं बीमार सेगा तो जो मैं उठे तो चली गई फिर मैं चलो उन्हें तीर कमान ले लीए
ਮੰਮੀ ਸਾਡਾ ਦੁਸ਼ਹਿਰਾ ਫਲੋਪ ਹੋ ਗਿਆ। ਇੱਥੇ ਤੁਹਾਡੇ ਨਾਲ ਤਾਂ ਗਲੀ ਚ ਬਹੁਤ ਸੋਹਣਾ ਮਨਾ ਲਿਆ ਸੀ। ਹੋਰ ਚਲੋ ਜੀ ਕਰਨ ਹੋਣੇ ਦੁਸ਼ਹਿਰਾ ਵੇਖਣ, ਦੁਸ਼ਹਿਰਾ ਲੰਘ ਗਿਆ, ਚਲ ਕੋਈ ਨਹੀਂ ਜਲੇਬੀਆਂ ਖਾ ਲੈਣੇ ਆਪਾਂ ਦੁਸ਼ਹਿਰੇ। ਹੋਰ ਤੇ ਲਓ ਜੀ ਆਪਾਂ ਆਪਲੇ ਵਲੌਗ ਨੂੰ ਇੱਥੇ ਕਰਦੇ ਹਾਂ ਐਂਡ, ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੀ ਜਰੂਰ ਲਾਈਕ ਕਰਿਓ। ਸਤਿ ਸ੍ਰੀ ਅਕਾਲ ਜੀ। ਤੇ ਮੰਮੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੀ, ਕਰਨ ਗਿਆ ਸੀ ਦੁਸ਼ਹਿਰਾ ਵੇਖਣ ਤੇ ਦੁਸ਼ਹਿਰੇ ਦੀ ਪਹਿਲਾਂ ਹੀ ਅਗਨੀ ਦੇਤੀ, ਵਿਚਾਰਾ ਰਹਿ ਗਿਆ ਘਰੇ ਆ ਗਿਆ। ਮੈਂ ਕਿਹਾ ਚਲੋ ਦੁਸ਼ਹਿਰਾ ਨਹੀਂ ਤਾਂ ਜਲੇਬੀਆਂ ਲਿਆਏ, ਜਲੇਬੀਆਂ ਹੀ ਖਾ ਲੈਂਦੇ ਹਾਂ। ਚਲੋ ਕੋਈ ਗੱਲ ਨਹੀਂ ਜੀ, ਜਿਹੜਾ ਕੁਛ ਹੈਗਾ ਚਲੋ ਠੀਕ ਆ, ਹੈ ਨਾ। ਨਹੀਂ ਤਾਂ ਨਾ ਸੀ ਦੁਸ਼ਹਿਰਾ ਤਾਂ ਵੇਖ ਆਇਆ ਨਾ, ਰਾਵਣ ਮੱਚਦਾ ਤਾਂ ਵੇਖ ਲਿਆ ਨਾ। ਚਲੋ ਇੰਨਾ ਹੀ ਬਹੁਤ ਆ ਜੀ। ਚਲੋ ਜੀ ਠੀਕ ਆ ਜੀ, ਚਲੋ ਅੱਗੇ ਮਿਲਦੇ ਬਲੌਗ 'ਚ ਜੀ, ਅਗਲੇ 'ਚ। ਸਤਿ ਸ਼੍ਰੀ ਅਕਾਲ, ਚਲੋ ਚੱਕ ਸਾਰਿਆਂ ਨੂੰ, ਬਾਏ ਬਾਏ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।